ਇਹਨਾਂ ਇੱਕ 8:45 ਨੂੰ 7:15 ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਹੀਦਾਂ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ। ਰਸਤੇ ਦੇ ਵਿੱਚ 2 ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ। ਜੋ ਇਸੇ ਮੁਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ASC ਤਰਸੇਮ ਸਿੰਘ, ASC ਜੀਵਨ ਸਿੰਘ ਚੌਂਕੀ ਇੰਚਾਰਜ ਵਿਜੇ ਨਗਰ, ਪਲੱਸ ਮੇਰੇ ਵੱਲੋਂ ਮਾਨਯੋਗ CB ਸਾਹਿਬ, ADCP ਸਾਹਿਬ ਔਰ ACP ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਪੈਰਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ। ਇਹਦੇ ਵਿੱਚ ਰੋਹਨ ਅਤੇ ਰਿਤਕ ਦੋਨੋਂ ਸਕੇ ਭਾਈ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ ਜਿਹੜਾ ਖੋਹਸ਼ੁਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ 'ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ 'ਤੇ ਛੱਡ ਗਏ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ। ਹਾਂਜੀ ਹਾਂਜੀ, ਉਹਦੇ ਵਿੱਚ ਨਾ ਇਹ ਹੈ ਵੀ ਇਹ ਦੋਨੋਂ ਲੜਕੇ ਜਿਹੜੇ ਕਿ PC ਹੈ ਹੋਮਗਾਰਡ ਦੇ ਵਿੱਚ ਉਪਦੇਸ਼ ਕੁਮਾਰ ਉਹਦੇ ਲੜਕੇ ਨੇ, ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਵੀ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਚਿਆ ਜਾਏ। ਸਰ ਕਿੰਨੀ ਕੁ ਉਮਰ ਸੀ ਮੁੰਡਿਆਂ ਦੀ, ਕੋਈ ਨਸ਼ੇ ਦੇ ਆਦੀ ਸੀ ਜਾਂ ਨਹੀਂ? ਇਸ ਵਿੱਚ ਕੋਈ ਉਹਨਾਂ ਦੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ, ਫਿਰ ਵੀ ਤਫਤੀਸ਼ ਦਾਣੇ ਦੇ ਬਾਰੇ ਜਿਹੜੀ ਆ ਬਚਿਆ ਜਾ ਰਿਹਾ। ਸਰ ਕੋਈ ਪਹਿਲੇ ਵਗੈਰਾ ਕੋਈ ਪਰਚਾ ਵਗੈਰਾ ਨੇ ਕੀ? ਹਾਂ, ਇਹਦੇ ਇੱਕ ਛੋਟੇ ਭਰਾ ਰਿਤਕ ਅਤੇ ਇੱਕ ਪਹਿਲਾਂ ਇੱਕ ਚੋਰੀ ਦਾ ਮੁਕਦਮਾ ਸਾਲ 2020 ਵਿੱਚ ਦਰਜ ਹੋਇਆ ਹੈ। ਜਿਹੜਾ ਦੂਜਾ ਰੋਹਿਨ ਉਹ 'ਤੇ ਕੋਈ ਮੁਕਦਮਾ ਦਰਜ ਨਹੀਂ। ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ? ਇਹ ਇੱਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ 'ਤੇ, ਉੱਥੋਂ ਦੇ ਜਿਹੜੇ ਫਰੈਂਡਸ ਕਲੋਨੀ ਦੇ। ਅਤੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਹੈਗੀ? ਇਹਨਾਂ ਦੀ ਪੜ੍ਹਾਈ ਤਕਰੀਬਨ +2 ਦਾ ਤੱਕ ਹੈਗੀ ਹੈ। ਜੇ ਗਾਂਹ ਬਾਰੇ ਜਿਹੜਾ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ, ਦੇਖਾਂਗੇ ਇਹਦਾ ਗਾਂਹ ਕੀ ਇਸ ਰੋਲ ਆਉਣ ਡਿਆ, ਕਿਹਦਾ ਕਿਹਦਾ ਕਿੰਨੀ ਪੜ੍ਹਾਈ ਕੀਤੀ, ਕਿੱਥੋਂ ਕੀਤੀ ਹੈ, ਜਾਂ ਕੋਈ ਇਹਨਾਂ ਦੇ ਹੋਰ ਯਾਰ ਦੋਸਤ ਜੇ ਕੋਈ ਹੋਰ ਇਹਨਾਂ ਦੀ ਇਨਵੋਲਵਮੈਂਟ 'ਚ ਹੋਣਗੇ ਉਹਨਾਂ ਨੂੰ ਵੀ ਟ੍ਰੇਸ ਕੀਤਾ ਜਾਏਗਾ। ਸਰ ਅੱਗੇ ਨਹੀਂ ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ ਸਾਡਾ ਮੌਕੇ 'ਤੇ ਜਦੋਂ ਰਸਤੀ 'ਚ ਆਉਂਦੀ ਨੂੰ ਕੱਲ੍ਹ ਨੂੰ ਦੇਖਿਆ ਤਾਂ ਉੱਥੇ ਹੀ ਉਹਨੇ ਵਾਰਦਾਤ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਇਹਨਾਂ ਇੱਕ 8:45 ਨੂੰ 7:17 ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਹੀਦਾਂ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ। ਰਸਤੇ ਦੇ ਵਿੱਚ 2 ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ। ਜੋ ਇਸੇ ਮੁਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ASC ਤਰਸੇਮ ਸਿੰਘ, ASC ਜੀਵਨ ਸਿੰਘ ਚੌਂਕੀ ਇੰਚਾਰਜ ਵਿਜੇ ਨਗਰ, ਪਲੱਸ ਮੇਰੇ ਵੱਲੋਂ ਮਾਨਯੋਗ CB ਸਾਹਿਬ, ADCP ਸਾਹਿਬ ਔਰ ACP ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਪੈਰਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ। ਇਹਦੇ ਵਿੱਚ ਰੋਹਨ ਅਤੇ ਰਿਤਕ ਦੋਨੋਂ ਸਕੇ ਭਾਈ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ ਜਿਹੜਾ ਖੋਹਸ਼ੁਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ 'ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ 'ਤੇ ਛੱਡ ਗਏ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ। ਹਾਂਜੀ ਹਾਂਜੀ, ਉਹਦੇ ਵਿੱਚ ਨਾ ਇਹ ਹੈ ਵੀ ਇਹ ਦੋਨੋਂ ਲੜਕੇ ਜਿਹੜੇ ਕਿ PC ਹੈ ਹੋਮਗਾਰਡ ਦੇ ਵਿੱਚ ਉਪਦੇਸ਼ ਕੁਮਾਰ ਉਹਦੇ ਲੜਕੇ ਨੇ, ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਵੀ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਚਿਆ ਜਾਏ। ਸਰ ਕਿੰਨੀ ਕੁ ਉਮਰ ਸੀ ਮੁੰਡਿਆਂ ਦੀ, ਕੋਈ ਨਸ਼ੇ ਦੇ ਆਦੀ ਸੀ ਜਾਂ? ਨਹੀਂ, ਇਸ ਵਿੱਚ ਕੋਈ ਉਹਨਾਂ ਦੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ, ਫਿਰ ਵੀ ਤਫਤੀਸ਼ ਦਾਣੇ ਦੇ ਬਾਰੇ ਜਿਹੜੀ ਆ ਬਚਿਆ ਜਾ ਰਿਹਾ। ਸਰ ਕੋਈ ਪਹਿਲੇ ਵਗੈਰਾ ਕੋਈ ਪਰਚਾ ਵਗੈਰਾ ਨੇ ਕੀ? ਹਾਂ, ਇਹਦੇ ਇੱਕ ਛੋਟੇ ਭਰਾ ਰਿਤਕ ਅਤੇ ਇੱਕ ਪਹਿਲਾਂ ਇੱਕ ਚੋਰੀ ਦਾ ਮੁਕਦਮਾ ਸਾਲ 2020 ਵਿੱਚ ਦਰਜ ਹੋਇਆ ਹੈ। ਜਿਹੜਾ ਦੂਜਾ ਰੋਹਿਨ ਉਹ 'ਤੇ ਕੋਈ ਮੁਕਦਮਾ ਦਰਜ ਨਹੀਂ। ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ? ਇਹ ਇੱਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ 'ਤੇ, ਉੱਥੋਂ ਦੇ ਜਿਹੜੇ ਫਰੈਂਡਸ ਕਲੋਨੀ ਦੇ। ਅਤੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਹੈਗੀ? ਇਹਨਾਂ ਦੀ ਪੜ੍ਹਾਈ ਤਕਰੀਬਨ +2 ਦਾ ਤੱਕ ਹੈਗੀ ਹੈ। ਜੇ ਗਾਂਹ ਬਾਰੇ ਜਿਹੜਾ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ, ਦੇਖਾਂਗੇ ਇਹਦਾ ਗਾਂਹ ਕੀ ਇਸ ਰੋਲ ਆਉਣ ਡਿਆ, ਕਿਹਦਾ ਕਿਹਦਾ ਕਿੰਨੀ ਪੜ੍ਹਾਈ ਕੀਤੀ, ਕਿੱਥੋਂ ਕੀਤੀ ਹੈ, ਜਾਂ ਕੋਈ ਇਹਨਾਂ ਦੇ ਹੋਰ ਯਾਰ ਦੋਸਤ ਜੇ ਕੋਈ ਹੋਰ ਇਹਨਾਂ ਦੀ ਇਨਵੋਲਵਮੈਂਟ 'ਚ ਹੋਣਗੇ ਉਹਨਾਂ ਨੂੰ ਵੀ ਟ੍ਰੇਸ ਕੀਤਾ ਜਾਏਗਾ। ਸਰ ਅੱਗੇ ਨਹੀਂ ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ ਸਾਡਾ ਮੌਕੇ 'ਤੇ ਜਦੋਂ ਰਸਤੀ 'ਚ ਆਉਂਦੀ ਨੂੰ ਕੱਲ੍ਹ ਨੂੰ ਦੇਖਿਆ ਤਾਂ ਉੱਥੇ ਹੀ ਉਹਨੇ ਵਾਰਦਾਤ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਇਹਨਾਂ ਇੱਕ 8:45 ਨੂੰ 7:17 ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਹੀਦਾਂ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ। ਰਸਤੇ ਦੇ ਵਿੱਚ 2 ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ। ਜੋ ਇਸੇ ਮੁਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ASC ਤਰਸੇਮ ਸਿੰਘ, ASC ਜੀਵਨ ਸਿੰਘ ਚੌਂਕੀ ਇੰਚਾਰਜ ਵਿਜੇ ਨਗਰ, ਪਲੱਸ ਮੇਰੇ ਵੱਲੋਂ ਮਾਨਯੋਗ CB ਸਾਹਿਬ, ADCP ਸਾਹਿਬ ਔਰ ACP ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਪੈਰਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ। ਇਹਦੇ ਵਿੱਚ ਰੋਹਨ ਅਤੇ ਰਿਤਕ ਦੋਨੋਂ ਸਕੇ ਭਾਈ ਆ,
ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ ਜਿਹੜਾ ਖੋਹਸ਼ੁਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ 'ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ 'ਤੇ ਛੱਡ ਗਏ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ। ਹਾਂਜੀ ਹਾਂਜੀ, ਉਹਦੇ ਵਿੱਚ ਨਾ ਇਹ ਹੈ ਵੀ ਇਹ ਦੋਨੋਂ ਲੜਕੇ ਜਿਹੜੇ ਕਿ PC ਹੈ ਹੋਮਗਾਰਡ ਦੇ ਵਿੱਚ ਉਪਦੇਸ਼ ਕੁਮਾਰ ਉਹਦੇ ਲੜਕੇ ਨੇ, ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਵੀ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਚਿਆ ਜਾਏ। ਸਰ ਕਿੰਨੀ ਉਮਰ ਦੇ ਮੁੰਡਿਆਂ ਦੀ ਕੋਈ ਨਸ਼ੇ ਦੇ ਆਦੀ ਸੀ ਜਾਂ ਨਹੀਂ? ਇਸ ਵਿੱਚ ਕੋਈ ਉਹਨਾਂ ਦੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ, ਫਿਰ ਵੀ ਤਫਤੀਸ਼ ਦਾਣੇ ਦੇ ਬਾਰੇ ਜਿਹੜੀ ਆ ਬਚਿਆ ਜਾ ਰਿਹਾ। ਸਰ ਕੋਈ ਪਹਿਲੇ ਵਗੈਰਾ ਕੋਈ ਪਰਚਾ ਵਗੈਰਾ ਨਹੀਂ ਸੀ? ਹਾਂ, ਇਹਦੇ ਇੱਕ ਛੋਟੇ ਭਰਾ ਅਰਿਤਕ ਅਤੇ ਇੱਕ ਪਹਿਲਾਂ ਇੱਕ ਚੋਰੀ ਦਾ ਮੁਕਦਮਾ ਸਾਲ 2020 ਵਿੱਚ ਦਰਜ ਹੋਇਆ ਹੈ। ਜਿਹੜਾ ਦੂਜਾ ਰੋਹਿਨ ਉਹ 'ਤੇ ਕੋਈ ਮੁਕਦਮਾ ਦਰਜ ਨਹੀਂ। ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ? ਇਹ ਇੱਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ 'ਤੇ, ਉੱਥੋਂ ਦੇ ਜਿਹੜੇ ਫਰੈਂਡਸ ਕਲੋਨੀ ਦੇ। ਅਤੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਜੀ? ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ ਟੂ ਦੇ ਤੱਕ ਹੈਗੀ ਹੈ। ਜੇ ਗਾਂ ਬਾਰੇ ਜਿਹੜਾ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ, ਦੇਖਾਂਗੇ ਇਹਦਾ ਗਾਂ ਕੀ ਰੋਲ ਆਉਣ ਡਿਆ, ਕਿਹਦਾ ਕਿਹਦਾ ਕਿੰਨੀ ਪੜ੍ਹਾਈ ਕੀਤੀ, ਕਿੱਥੋਂ ਕੀਤੀ ਹੈ, ਜਾਂ ਕੋਈ ਇਹਨਾਂ ਦੇ ਹੋਰ ਯਾਰ ਦੋਸਤ ਜੇ ਕੋਈ ਹੋਰ ਇਹਨਾਂ ਦੀ ਇਨਵੋਲਵਮੈਂਟ 'ਚ ਹੋਣਗੇ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ। ਸਰ ਨਹੀਂ, ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ ਮੌਕੇ 'ਤੇ ਜਦੋਂ ਰਸਤੀ 'ਚ ਆਉਂਦੀ ਨੂੰ ਕੱਲ੍ਹ ਨੂੰ ਦੇਖਿਆ ਤਾਂ ਉੱਥੇ ਹੀ ਉਹਨੇ ਵਾਰਦਾਤ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਇਹਨਾਂ ਇੱਕ 8:15 ਨੂੰ 7:15 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਹੀਦਾਂ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ, ਰਸਤੇ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ। ਜੋ ਇਸੇ ਮੁਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ASC ਤਰਸੇਮ ਸਿੰਘ, ASC ਜੀਵਨ ਸਿੰਘ ਚੌਂਕੀ ਇੰਚਾਰਜ ਵਿਜੇ ਨਗਰ, ਪਲੱਸ ਮੇਰੇ ਵੱਲੋਂ ਮਾਨਯੋਗ CP ਸਾਹਿਬ, ADCP ਸਾਹਿਬ ਔਰ ACP ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਪੈਰਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ। ਇਹਦੇ ਵਿੱਚ ਰੋਹਨ ਅਤੇ ਰਿਤਕ ਦੋਨੋਂ ਸਕੇ ਭਾਈ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ ਜਿਹੜਾ ਖੋਹਸ਼ੁਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ 'ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ 'ਤੇ ਛੱਡ ਗਏ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ। ਹਾਂਜੀ ਹਾਂਜੀ, ਉਹਦੇ ਵਿੱਚ ਨਾ ਇਹ ਹੈ ਵੀ ਇਹ ਦੋਨੋਂ ਲੜਕੇ ਜਿਹੜੇ ਕਿ PC ਹੈ ਹੋਮਗਾਰਡ ਦੇ ਵਿੱਚ ਉਪਦੇਸ਼ ਕੁਮਾਰ ਉਹਦੇ ਲੜਕੇ ਨੇ, ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਵੀ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਚਿਆ ਜਾਏ। ਸਰ ਕਿੰਨੀ ਉਮਰ ਦੇ ਮੁੰਡਿਆਂ ਦੀ ਕੋਈ ਨਸ਼ੇ ਦੇ ਆਦੀ ਸੀ ਜਾਂ? ਨਹੀਂ, ਇਸ ਵਿੱਚ ਕੋਈ ਉਹਨਾਂ ਦੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ, ਫਿਰ ਵੀ ਤਫਤੀਸ਼ ਦਾਣੇ ਦੇ ਬਾਰੇ ਜਿਹੜੀ ਆ ਬਚਿਆ ਜਾ ਰਿਹਾ। ਸਰ ਕੋਈ ਪਹਿਲੇ ਵਗੈਰਾ ਕੋਈ ਪਰਚਾ ਵਗੈਰਾ ਨਹੀਂ ਸੀ? ਹਾਂ, ਇਹਦੇ ਇੱਕ ਛੋਟੇ ਭਰਾ ਅਰਿਤਕ ਅਤੇ ਇੱਕ ਪਹਿਲਾਂ ਇੱਕ ਚੋਰੀ ਦਾ ਮੁਕਦਮਾ ਸਾਲ 2020 ਵਿੱਚ ਦਰਜ ਹੋਇਆ ਹੈ। ਜਿਹੜਾ ਦੂਜਾ ਰੋਹਿਨ ਉਹ 'ਤੇ ਕੋਈ ਮੁਕਦਮਾ ਦਰਜ ਨਹੀਂ। ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ? ਇਹ ਇੱਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ 'ਤੇ, ਉੱਥੋਂ ਦੇ ਜਿਹੜੇ ਫਰੈਂਡਸ ਕਲੋਨੀ ਦੇ। ਇਹਨਾਂ ਦੀ ਪੜ੍ਹਾਈ ਕਿੰਨੀ ਕੀ ਜੀ? ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ ਟੂ ਦੇ ਤੱਕ ਹੈਗੀ ਹੈ। ਜੇ ਗਾਂ ਬਾਰੇ ਜਿਹੜਾ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ, ਦੇਖਾਂਗੇ ਇਹਦਾ ਗਾਂ ਕੀ ਰੋਲ ਆਉਣ ਡਿਆ, ਕਿਹਦਾ ਕਿਹਦਾ ਕਿੰਨੀ ਪੜ੍ਹਾਈ ਕੀਤੀ, ਕਿੱਥੋਂ ਕੀਤੀ ਹੈ, ਜਾਂ ਕੋਈ ਇਹਨਾਂ ਦੇ ਹੋਰ ਯਾਰ ਦੋਸਤ ਜੇ ਕੋਈ ਹੋਰ ਇਹਨਾਂ ਦੀ ਇਨਵੋਲਵਮੈਂਟ 'ਚ ਹੋਣਗੇ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ। ਸਰ ਅੱਗੇ ਨਹੀਂ, ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ ਮੌਕੇ 'ਤੇ ਜਦੋਂ ਰਸਤੀ 'ਚ ਆਉਂਦੀ ਨੂੰ ਕੱਲ੍ਹ ਨੂੰ ਦੇਖਿਆ ਤਾਂ ਉੱਥੇ ਹੀ ਉਹਨੇ ਵਾਰਦਾਤ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਇਹਨਾਂ ਇੱਕ 8:15 ਨੂੰ 7:15 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਹੀਦਾਂ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ, ਰਸਤੇ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ। ਜੋ ਇਸੇ ਮੁਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ASC ਤਰਸੇਮ ਸਿੰਘ, ASC ਜੀਵਨ ਸਿੰਘ ਚੌਂਕੀ ਇੰਚਾਰਜ ਵਿਜੇ ਨਗਰ, ਪਲੱਸ ਮੇਰੇ ਵੱਲੋਂ ਮਾਨਯੋਗ CP ਸਾਹਿਬ, ADCP ਸਾਹਿਬ ਔਰ ACP ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਪੈਰਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ। ਇਹਦੇ ਵਿੱਚ ਰੋਹਨ ਅਤੇ ਰਿਤਕ ਦੋਨੋਂ ਸਕੇ ਭਾਈ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ ਜਿਹੜਾ ਖੋਹਸ਼ੁਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ 'ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ 'ਤੇ ਛੱਡ ਗਏ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ। ਹਾਂਜੀ ਹਾਂਜੀ, ਉਹਦੇ ਵਿੱਚ ਨਾ ਇਹ ਹੈ ਵੀ ਇਹ ਦੋਨੋਂ ਲੜਕੇ ਜਿਹੜੇ ਕਿ PC ਹੈ ਹੋਮਗਾਰਡ ਦੇ ਵਿੱਚ ਉਪਦੇਸ਼ ਕੁਮਾਰ ਉਹਦੇ ਲੜਕੇ ਨੇ, ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ
ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਚਿਆ ਜਾਏ। ਸਰ ਕਿੰਨੀ ਉਮਰ ਸੀ ਮੁੰਡਿਆਂ ਦੀ, ਕੋਈ ਨਸ਼ੇ ਦੇ ਆਦੀ ਸੀ ਜਾਂ ਨਹੀਂ? ਇਸ ਵਿੱਚ ਕੋਈ ਉਹਨਾਂ ਦੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ, ਫਿਰ ਵੀ ਤਫਤੀਸ਼ਦਾਰਾਂ ਦੇ ਬਾਰੇ ਜਿਹੜੀ ਆ ਬਚਿਆ ਜਾ ਰਿਹਾ। ਸਰ ਕੋਈ ਪਹਿਲੇ ਵਗੈਰਾ ਕੋਈ ਪਰਚਾ ਵਗੈਰਾ ਨਹੀਂ ਸੀ? ਹਾਂ, ਇਹਦੇ ਇੱਕ ਛੋਟੇ ਭਰਾ ਰਿਤਕ ਅਤੇ ਇੱਕ ਪਹਿਲਾਂ ਕਚੋਰੀ ਦਾ ਮੁਕਦਮਾ ਸਾਲ 2020 ਵਿੱਚ ਦਰਜ ਹੋਇਆ ਹੈ, ਜਿਹੜਾ ਦੂਜਾ ਰੋਹਿਨ ਉਹ 'ਤੇ ਕੋਈ ਮੁਕਦਮਾ ਦਰਜ ਨਹੀਂ। ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ? ਇਹ ਇੱਥੋਂ ਦੇ ਜੀ, ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ 'ਤੇ, ਉੱਥੋਂ ਦੇ ਜਿਹੜੇ ਫਰੈਂਡਸ ਕਲੋਨੀ ਦੇ। ਅਤੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਹੈਗੀ ਜੀ? ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ ਟੂ ਦੇ ਤੱਕ ਹੈਗੀ ਹੈ ਜੇ ਗਾਂਹ ਬਾਰੇ, ਜਿਹੜਾ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ, ਦੇਖਾਂਗੇ ਇਹਦਾ ਗਾਂਹ ਕੀ ਰੋਲ ਆਉਣ ਡਿਆ, ਕਿਹਦਾ ਕਿਹਦਾ ਕਿੰਨੀ ਪੜ੍ਹਾਈ ਕੀਤੀ, ਕਿੱਥੋਂ ਕੀਤੀ ਹੈ, ਜਾਂ ਕੋਈ ਇਹਨਾਂ ਦੇ ਹੋਰ ਯਾਰ ਦੋਸਤ ਜੇ ਕੋਈ ਹੋਰ ਇਹਨਾਂ ਦੀ ਇਨਵੋਲਵਮੈਂਟ 'ਚ ਹੋਣਗੇ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ। ਸਰ ਨਹੀਂ, ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ, ਮੌਕੇ 'ਤੇ ਜਦੋਂ ਦ੍ਰਿਸ਼ਟੀ 'ਚ ਆਉਂਦੀ ਨੂੰ ਕੱਲ੍ਹ ਨੂੰ ਦੇਖਿਆ ਤਾਂ ਉੱਥੇ ਹੀ ਉਹਨੇ ਵਾਰਦਾਤ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਇਹਨਾਂ ਇੱਕ 8:15 ਨੂੰ 7:15 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ, ਜਿਹੜੀ ਬਾਬਾ ਸ਼ਹੀਦਾਂ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ, ਰਸਤੇ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ, ਜੋ ਇਸੇ ਮੁਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਐੱਸਆਈ ਤਰਸੇਮ ਸਿੰਘ, ਏਐੱਸਆਈ ਜੀਵਨ ਸਿੰਘ ਚੌਂਕੀ ਇੰਚਾਰਜ ਵਿਜੈਨਗਰ, ਪਲੱਸ ਮੇਰੇ ਵੱਲੋਂ ਮਾਨਯੋਗ ਸੀਪੀ ਸਾਹਿਬ, ਏਡੀਸੀਪੀ ਸਾਹਿਬ ਔਰ ਏਸੀਪੀ ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ, ਜਿਹੜਾ ਪੈਰਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ। ਇਹਦੇ ਵਿੱਚ ਰੋਹਨ ਅਤੇ ਰਿਤਕ ਦੋਨੋਂ ਸਕੇ ਭਾਈ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ ਜਿਹੜਾ ਖੋਹਸ਼ੁਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ, ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ 'ਤੇ ਵਰਤਿਆ ਗਿਆ ਸੀ, ਉਹ ਵੀ ਜਿਹੜਾ ਮੌਕੇ 'ਤੇ ਛੱਡ ਗਏ ਸੀ, ਉਹਨੂੰ ਵੀ ਰਿਕਵਰ ਕੀਤਾ ਗਿਆ। ਹਾਂਜੀ ਹਾਂਜੀ, ਉਹਦੇ ਵਿੱਚ ਨਾ ਇਹ ਹੈ ਵੀ ਇਹ ਦੋਨੋਂ ਲੜਕੇ ਜਿਹੜੇ ਹੈਗਾ ਪੀ ਸੀ ਹੈ ਹੋਮਗਾਰਡ ਦੇ ਵਿੱਚ, ਉਪਦੇਸ਼ ਕੁਮਾਰ ਉਹਦੇ ਲੜਕੇ ਨੇ, ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਚਿਆ ਜਾਏ। ਸਰ ਕਿੰਨੀ ਉਮਰ ਸੀ ਮੁੰਡਿਆਂ ਦੀ, ਕੋਈ ਨਸ਼ੇ ਦੇ ਆਦੀ ਸੀ ਜਾਂ? ਨਹੀਂ, ਇਸ ਵਿੱਚ ਕੋਈ ਉਹਨਾਂ ਦੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ, ਫਿਰ ਵੀ ਤਫਤੀਸ਼ਦਾਰਾਂ ਦੇ ਬਾਰੇ ਜਿਹੜੀ ਆ ਬਚਿਆ ਜਾ ਰਿਹਾ। ਸਰ ਕੋਈ ਪਹਿਲੇ ਵਗੈਰਾ ਕੋਈ ਪਰਚਾ ਵਗੈਰਾ ਨਹੀਂ ਸੀ? ਹਾਂ, ਇਹਦੇ ਇੱਕ ਛੋਟੇ ਭਰਾ ਰਿਤਕ ਅਤੇ ਇੱਕ ਪਹਿਲਾਂ ਕਚੋਰੀ ਦਾ ਮੁਕਦਮਾ ਸਾਲ 2020 ਵਿੱਚ ਦਰਜ ਹੋਇਆ ਹੈ, ਜਿਹੜਾ ਦੂਜਾ ਰੋਹਿਨ ਉਹ 'ਤੇ ਕੋਈ ਮੁਕਦਮਾ ਦਰਜ ਨਹੀਂ। ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ? ਇਹ ਇੱਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ 'ਤੇ, ਉੱਥੋਂ ਦੇ ਜਿਹੜੇ ਫਰੈਂਡਸ ਕਲੋਨੀ ਦੇ। ਅਤੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਹੈਗੀ ਜੀ? ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ ਟੂ ਦੇ ਤੱਕ ਹੈਗੀ ਹੈ ਜੇ ਗਾਂਹ ਬਾਰੇ, ਜਿਹੜਾ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ, ਦੇਖਾਂਗੇ ਇਹਦਾ ਗਾਂਹ ਕੀ ਰੋਲ ਆਉਣ ਡਿਆ, ਕਿਹਦਾ ਕਿਹਦਾ ਕਿੰਨੀ ਪੜ੍ਹਾਈ ਕੀਤੀ, ਕਿੱਥੋਂ ਕੀਤੀ ਹੈ, ਜਾਂ ਕੋਈ ਇਹਨਾਂ ਦੇ ਹੋਰ ਯਾਰ ਦੋਸਤ ਜੇ ਕੋਈ ਹੋਰ ਇਹਨਾਂ ਦੀ ਇਨਵੋਲਵਮੈਂਟ 'ਚ ਹੋਣਗੇ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ। ਸਰ ਗਏ ਸੀ? ਨਹੀਂ, ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ, ਮੌਕੇ 'ਤੇ ਜਦੋਂ ਦ੍ਰਿਸ਼ਟੀ 'ਚ ਆਉਂਦੀ ਨੂੰ ਕੱਲ੍ਹ ਨੂੰ ਦੇਖਿਆ ਤਾਂ ਉੱਥੇ ਹੀ ਉਹਨੇ ਵਾਰਦਾਤ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਇਹਨਾਂ ਇੱਕ 8:15 ਨੂੰ 7:15 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ, ਜਿਹੜੀ ਬਾਬਾ ਸ਼ਹੀਦਾਂ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ, ਰਸਤੇ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ, ਜੋ ਇਸੇ ਮੁਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਐੱਸਆਈ ਤਰਸੇਮ ਸਿੰਘ, ਏਐੱਸਆਈ ਜੀਵਨ ਸਿੰਘ ਚੌਂਕੀ ਇੰਚਾਰਜ ਵਿਜੈਨਗਰ, ਪਲੱਸ ਮੇਰੇ ਵੱਲੋਂ ਮਾਨਯੋਗ ਸੀਪੀ ਸਾਹਿਬ, ਏਡੀਸੀਪੀ ਸਾਹਿਬ ਔਰ ਏਸੀਪੀ ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ, ਜਿਹੜਾ ਪੈਰਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ। ਇਹਦੇ ਵਿੱਚ ਰੋਹਨ ਅਤੇ ਰਿਤਕ ਦੋਨੋਂ ਸਕੇ ਭਾਈ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ ਜਿਹੜਾ ਖੋਹਸ਼ੁਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ, ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ 'ਤੇ ਵਰਤਿਆ ਗਿਆ ਸੀ, ਉਹ ਵੀ ਜਿਹੜਾ ਮੌਕੇ 'ਤੇ ਛੱਡ ਗਏ ਸੀ, ਉਹਨੂੰ ਵੀ ਰਿਕਵਰ ਕੀਤਾ ਗਿਆ। ਹਾਂਜੀ ਹਾਂਜੀ, ਉਹਦੇ ਵਿੱਚ ਨਾ ਇਹ ਹੈ ਵੀ ਇਹ ਦੋਨੋਂ ਲੜਕੇ ਜਿਹੜੇ ਹੈਗਾ ਪੀ ਸੀ ਹੈ ਹੋਮਗਾਰਡ ਦੇ ਵਿੱਚ, ਉਪਦੇਸ਼ ਕੁਮਾਰ ਉਹਦੇ ਲੜਕੇ ਨੇ, ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਚਿਆ ਜਾਏ। ਸਰ ਕਿੰਨੀ ਉਮਰ ਸੀ ਮੁੰਡਿਆਂ ਦੀ, ਕੋਈ ਨਸ਼ੇ ਦੇ ਆਦੀ ਸੀ ਜਾਂ? ਨਹੀਂ, ਇਸ ਵਿੱਚ ਕੋਈ ਉਹਨਾਂ ਦੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ, ਫਿਰ ਵੀ ਤਫਤੀਸ਼ਦਾਰਾਂ ਦੇ ਬਾਰੇ ਜਿਹੜੀ ਆ ਬਚਿਆ ਜਾ ਰਿਹਾ। ਸਰ ਕੋਈ ਪਹਿਲੇ ਵਗੈਰਾ ਕੋਈ ਪਰਚਾ ਵਗੈਰਾ ਨਹੀਂ ਸੀ? ਹਾਂ, ਇਹਦੇ ਇੱਕ ਛੋਟੇ ਭਰਾ ਰਿਤਕ ਅਤੇ ਇੱਕ ਪਹਿਲਾਂ ਕਚੋਰੀ ਦਾ ਮੁਕਦਮਾ ਸਾਲ 2020 ਵਿੱਚ ਦਰਜ ਹੋਇਆ ਹੈ, ਜਿਹੜਾ ਦੂਜਾ ਰੋਹਿਨ ਉਹ 'ਤੇ ਕੋਈ ਮੁਕਦਮਾ ਦਰਜ ਨਹੀਂ। ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ? ਇਹ ਇੱਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ 'ਤੇ, ਉੱਥੋਂ ਦੇ ਜਿਹੜੇ ਫਰੈਂਡਸ ਕਲੋਨੀ ਦੇ। ਅਤੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਹੈਗੀ ਜੀ? ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ ਟੂ ਦੇ
ਤੱਕ ਹੈਗੀ ਆ ਜੇ ਗਾਂ ਬਾਰੇ ਜਿਹੜੇ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ, ਦੇਖਾਂਗੇ ਇਹਦਾ ਗਾਂ ਕੀ ਇਸ ਰੋਲ ਆਉਣ ਡਿਆ, ਕਿਹਦਾ ਕਿਹਦਾ ਕਿੰਨੀ ਪੜ੍ਹਾਈ ਕੀਤੀ, ਕਿੱਥੋਂ ਕੀਤੀ ਹੈ, ਜਾਂ ਕੋਈ ਇਹਨਾਂ ਦੇ ਹੋਰ ਯਾਰ ਦੋਸਤ ਜੇ ਕੋਈ ਹੋਰ ਇਹਨਾਂ ਦੀ ਇਨਵੋਲਵਮੈਂਟ 'ਚ ਹੋਣਗੇ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ। ਸਰ ਅੱਗੇ ਨਹੀਂ ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ ਸਾਡਾ ਮੌਕੇ 'ਤੇ ਜਦੋਂ ਦ੍ਰਿਸ਼ਟੀ 'ਚ ਆਉਂਦੀ ਨੂੰ ਕੱਲ੍ਹ ਨੂੰ ਦੇਖਿਆ ਤਾਂ ਉੱਥੇ ਹੀ ਉਹਨੇ ਵਾਰਦਾਤ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਇਹਨਾਂ ਇੱਕ 8:04 ਨੂੰ 7:15 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਹੀਦਾਂ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ, ਰਸਤੇ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ, ਜੋ ਇਸੇ ਮੁਕਦਮੇ ਦੇ ਵਿੱਚ ਤਫਤੀਸ਼ ਕਰਦੇ ਹੋਏ ASC ਤਰਸੇਮ ਸਿੰਘ, ASC ਜੀਵਨ ਸਿੰਘ ਚੌਂਕੀ ਇੰਚਾਰਜ ਵਿਜੇ ਨਗਰ, ਪਲੱਸ ਮੇਰੇ ਵੱਲੋਂ ਮਾਨਯੋਗ CB ਸਾਹਿਬ, ADCP ਸਾਹਿਬ ਔਰ ACP ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਪੈਰਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ। ਇਹਦੇ ਵਿੱਚ ਰੋਹਨ ਅਤੇ ਰਿਤਕ ਦੋਨੋਂ ਸਕੇ ਭਾਈ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ ਜਿਹੜਾ ਖੋਹਸ਼ੁਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ 'ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ 'ਤੇ ਛੱਡ ਗਏ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ। ਹਾਂਜੀ ਹਾਂਜੀ ਉਹਦੇ ਵਿੱਚ ਨਾ ਇਹ ਹੈ ਵੀ ਇਹ ਦੋਨੋਂ ਲੜਕੇ ਜਿਹੜੇ ਕਿ PC ਹੈ ਹੋਮਗਾਰਡ ਦੇ ਵਿੱਚ ਉਪਦੇਸ਼ ਕੁਮਾਰ ਉਹਦੇ ਲੜਕੇ ਨੇ, ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਵੀ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਚਿਆ ਜਾਏ। ਸਰ ਕਿੰਨੀ ਉਮਰ ਦੇ ਮੁੰਡਿਆਂ ਦੀ ਕੋਈ ਨਸ਼ੇ ਦੇ ਆਦੀ ਸੀ ਜਾਂ ਨਹੀਂ? ਇਸ ਵਿੱਚ ਕੋਈ ਉਹਨਾਂ ਦੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ, ਫਿਰ ਵੀ ਤਫਤੀਸ਼ ਦਾਣੇ ਦੇ ਬਾਰੇ ਜਿਹੜੀ ਆ ਬਚਿਆ ਜਾ ਰਿਹਾ। ਸਰ ਕੋਈ ਪਹਿਲੇ ਵਗੈਰਾ ਕੋਈ ਪਰਚਾ ਵਗੈਰਾ ਨਹੀਂ ਸੀ? ਹਾਂ ਇਹਦੇ ਇੱਕ ਛੋਟੇ ਭਰਾ ਰਿਤਕ ਅਤੇ ਇੱਕ ਪਹਿਲਾਂ ਇੱਕ ਚੋਰੀ ਦਾ ਮੁਕਦਮਾ ਸਾਲ 2020 ਵਿੱਚ ਦਰਜ ਹੋਇਆ ਹੈ, ਜਿਹੜਾ ਦੂਜਾ ਰੋਹਿਨ ਉਹ 'ਤੇ ਕੋਈ ਮੁਕਦਮਾ ਦਰਜ ਨਹੀਂ। ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ? ਇਹ ਇੱਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ 'ਤੇ, ਉੱਥੋਂ ਦੇ ਜਿਹੜੇ ਫਰੈਂਡਸ ਕਲੋਨੀ ਦੇ। ਅਤੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਹੈਗੀ ਜੀ? ਇਹਨਾਂ ਦੀ ਪੜ੍ਹਾਈ ਤਕਰੀਬਨ +2 ਦਾ ਤੱਕ ਹੈਗੀ ਹੈ ਜੇ ਗਾਂ ਬਾਰੇ ਜਿਹੜੇ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ, ਦੇਖਾਂਗੇ ਇਹਦਾ ਗਾਂ ਕੀ ਇਸ ਰੋਲ ਆਉਣ ਡਿਆ, ਕਿਹਦਾ ਕਿਹਦਾ ਕਿੰਨੀ ਪੜ੍ਹਾਈ ਕੀਤੀ, ਕਿੱਥੋਂ ਕੀਤੀ ਹੈ, ਜਾਂ ਕੋਈ ਇਹਨਾਂ ਦੇ ਹੋਰ ਯਾਰ ਦੋਸਤ ਜੇ ਕੋਈ ਹੋਰ ਇਹਨਾਂ ਦੀ ਇਨਵੋਲਵਮੈਂਟ 'ਚ ਹੋਣਗੇ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ। ਸਰ ਅੱਗੇ ਨਹੀਂ ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ ਸਾਡਾ ਮੌਕੇ 'ਤੇ ਜਦੋਂ ਦ੍ਰਿਸ਼ਟੀ 'ਚ ਆਉਂਦੀ ਨੂੰ ਕੱਲ੍ਹ ਨੂੰ ਦੇਖਿਆ ਤਾਂ ਉੱਥੇ ਹੀ ਉਹਨੇ ਵਾਰਦਾਤ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ।